किसान महिलाओं पर गलत टिप्पणी करने वालों के खिलाफ कार्रवाई न होने और किसानों पर गोलियां चलाने वाले अफसरों को राष्ट्रपति सम्मान द्वारा सम्मानित करने के लिए बीजेपी सरकार के खिलाफ आज किसान संगठनों ने किया सिटी थाना सिरसा का घेराव। शंभू मोर्चा, खनौरी मोर्चा, ते रतनपुरा संगरिया मोर्चा, तीन जगह मोर्चे लगे हुए हैं। इन्हें 171 दिनों के दिन प्रतिदिन जड़े भी प्रोग्राम दिते जाते हैं वो पूरे देश भर च लागू होंगे। पिछले कुछ दिन पहलों अखबार के माध्यम राही जड़िया अच्छी अखबार तो होर जरा जनतक हुई गल भी भाजपा सरकार ने, हरियाणा की भाजपा सरकार ने तीन IPS अधिकारी जिन्हों की शंभू खनौरी तो एक करनाल रेंज का IG, तीन HPS अधिकारी जिन्हों की शंभू तो खनौरी ड्यूटी से जिन्हों ने 13 तरीक नूं, 14 नूं ते 21 तरीक नूं किसानों ते तशद्दुद किया, सीधियां गोलियां मारियां, शुभकर नूं शहीद किया, 433 जख्मी किए, 5 किसानों दी अखां लईयां। उस सारे किसानों नूं मारन वालियां नूं राष्ट्रपति सम्मान देने वास्ते सिफारिशां कीतियां जा रहियां। ये साथियों, आज़ादी तो बाद ये पहली बार इतिहास होया अपणियां तों अपणियां ते गोली मरा के, क्योंकि जिहड़े किसान पुलिस वाले जां आर्मी वाले उस किसान मजदूर दे बच्चे साडे अपणे आ, उन्हां तों उस गंदे हुक्मरानां ने अपने किसानों के उपर गोलियां चलवा के उन्हां नूं मरवा के ते उन्हां नूं सम्मानित करन वास्ते जिहड़ा सिफारिशां कीतियां जा रहियां। एक जलियांवाले बाग दे विच कांड होया सी, जनरल डायर नूं उदों ब्रिटिश शासन ने उहनूं सन्मानित कीता सी। ਕੱਲ੍ਹ ਅਸੀਂ ਬਲਿਦਾਨ ਦਿਵਸ ਮਨਾਇਆ ਸ਼ਹੀਦ ਆਦਮ ਸਰਦਾਰ ਊਧਮ ਸਿੰਘ ਦਾ, ਜਿਹਨੇ ਲੰਦਨ 'ਤੇ ਜਾ ਕੇ ਉਸਨੂੰ ਸੌਦਾ ਲਾਇਆ ਸੀ ਉਹਦਾ। ਉਸ ਇੱਕ ਬੰਨੇ 'ਤੇ ਸਾਡੇ ਉਹ ਸਰਮਾਇਆ ਨੇ ਜਿਹੜੇ ਉਹਨਾਂ ਨੂੰ ਬ੍ਰਿਟਿਸ਼ ਸਮੇਂ 'ਤੇ ਜਿਨ੍ਹਾਂ ਨੇ ਸਾਨੂੰ ਜਲ੍ਹਿਆਂਵਾਲੇ ਬਾਗ 'ਚ ਪੂਰੇ ਦੇਸ਼ ਦੇ ਲੋਕਾਂ ਨੂੰ ਜਿਹੜਾ ਕਤਲੇਆਮ ਕੀਤਾ ਸੀ, ਉਹਨਾਂ ਨੂੰ ਉਸ ਕਤਲੇਆਮ ਕਰਨ ਵਾਲੇ ਜਨਰਲ ਡਾਇਰ ਨੂੰ ਸਨਮਾਨਿਤ ਕਰ ਰਹੇ ਸੀ। ਅੱਜ ਵਾਲੇ ਜਨਰਲ ਡਾਇਰ ਜਿਹੜੇ IPS ਬਣਾਏ ਆ, ਅੱਜ ਵਾਲੇ ਜਿਹੜੇ ਬ੍ਰਿਟਿਸ਼ ਹਕੂਮਤ ਆ, ਜਿਹੜੀ ਭਾਜਪਾ ਹੈ, ਉਹ ਉਹਨਾਂ ਨੂੰ ਸਨਮਾਨਿਤ ਕਰਨ ਦੀਆਂ ਸਿਫਾਰਿਸ਼ਾਂ ਕਰ ਰਹੀ ਹੈ। ਉਸ ਦੇ ਵਿਰੋਧ 'ਚ ਅੱਜ ਪੂਰੇ ਜਗ੍ਹਾ ਪੁਤਲੇ ਫੂਕੇ ਗਏ। ਅੱਜ ਸਰਸੇ ਵੀ ਪੁਤਲਾ ਫੂਕਣਾ ਸੀ, ਲੇਕਿਨ ਇੱਕ ਜਗਮਾਲ ਵਾਲੀ ਜਿਹੜੀ ਸੰਤ ਸੀ ਉੱਥੇ ਗੱਦੀ ਵਾਲੇ ਸੀ, ਉਹਨਾਂ ਦੀ ਮੌਤ ਹੋ ਗਈ ਸੀ। ਸੋਚਿਆ ਵੀ ਚੰਗਾ ਨਹੀਂ ਲੱਗਦਾ, ਉਸ ਕਰਕੇ ਅੱਜ ਇਹ ਪ੍ਰੋਗਰਾਮ ਜਿਹੜਾ ਇੱਕ ਥਾਣੇ ਦਾ ਘਿਰਾਵ ਕੀਤਾ, ਜਿਹੜੀ 2 ਮਹੀਨੇ ਪਹਿਲਾਂ 405 ਨੰਬਰ FIR ਹੋਈ ਸੀ ਉਸ ਉੱਪਰ ਕਾਰਵਾਈ ਨਹੀਂ, ਉਸ ਦੇ ਵਿਰੋਧ ਵਿੱਚ ਅਸੀਂ ਇੱਥੇ ਆਏ ਹਾਂ ਅਤੇ ਇਸੇ ਕੜੀ ਦੇ ਵਿੱਚ ਬੈਠੇ ਹਾਂ। ਇੱਥੇ ਤੁਸੀਂ ਦੇਖ ਲਿਆ, ਪਹਿਲਾਂ ਸਾਰਾ ਕੁਛ ਦੇਖ ਲਿਆ, ਆਉਣ ਵਾਲੇ ਸਮੇਂ ਦੇ ਵਿੱਚ ਇਸ ਅੰਦੋਲਨ ਨੂੰ ਹੋਰ ਤਿੱਖਾ ਕੀਤਾ ਜਾਊਗਾ। 15 ਅਗਸਤ ਨੂੰ ਪੂਰੇ ਦੇਸ਼ ਭਰ ਦੇ ਵਿੱਚ ਟਰੈਕਟਰ ਮਾਰਚ ਕੀਤੇ ਜਾਣਗੇ ਅਤੇ ਜਿਹੜੇ ਨਵੇਂ ਕਾਨੂੰਨ ਆਏ ਆ, ਜਿਹੜੇ 3 ਕ੍ਰਿਮੀਨਲ ਲੋ ਜਿਹੜੇ ਕਿ ਅੰਦੋਲਨਕਾਰੀਆਂ ਦੇ ਖਿਲਾਫ, ਆਮ ਜਨ ਦੇ ਖਿਲਾਫ ਇਹ ਭਾਜਪਾ ਲੈ ਕੇ ਆਈ ਹੈ, ਉਹਦੀਆਂ ਕਾਪੀਆਂ ਫੂਕੀਆਂ ਜਾਣਗੀਆਂ। ਨਾਲ ਹੀ ਜਿਹੜੇ ਟਰੈਕਟਰ ਮਾਰਚ ਦੇ ਵਿੱਚ MSP ਖਰੀਦ ਗਰੰਟੀ ਕਾਨੂੰਨ ਦੇ ਸਾਰੀਆਂ ਮੰਗਾਂ ਦੇ ਜਿਹੜੇ ਹਾਈਲਾਈਟ ਕੀਤਾ ਜਾਊਗਾ। 31 ਅਗਸਤ ਨੂੰ 200 ਦਿਨ ਪੂਰੇ ਹੋਣ 'ਤੇ ਸਾਰੇ ਮੋਰਚਿਆਂ 'ਤੇ ਲੱਖਾਂ ਦੀ ਗਿਣਤੀ ਕਿਸਾਨ ਪਹੁੰਚਣਗੇ। 15 ਸਤੰਬਰ ਨੂੰ ਹਰਿਆਣੇ ਦੇ ਵਿੱਚ ਇੱਕ ਬਹੁਤ ਬੜੀ ਨੈਸ਼ਨਲ ਲੈਵਲ ਦੀ ਪੰਚਾਇਤ ਕੀਤੀ ਜਾਊਗੀ, ਜਿੱਥੇ ਦੇਸ਼ ਭਰ ਦੇ ਕਿਸਾਨ ਆਗੂ ਹੋਣਗੇ ਅਤੇ ਦੇਸ਼ ਉੱਤਰੀ ਭਾਰਤ ਤੋਂ ਪੂਰੇ ਤੋਂ ਕਿਸਾਨ ਇਕੱਠੇ ਹੋਣਗੇ। ਜੋ ਉਚਾਣਾ ਦੀ ਅਨਾਜ ਮੰਡੀ, ਨਵੀਂ ਅਨਾਜ ਮੰਡੀ ਤੋਂ, ਜੀਂਦ ਜ਼ਿਲ੍ਹੇ ਦੀ ਉਚਾਣਾ ਦੀ ਨਵੀਂ ਅਨਾਜ ਮੰਡੀ 'ਤੇ 15 ਸਤੰਬਰ ਨੂੰ ਰੈਲੀ ਹੋਊਗੀ। ਉਸ ਤੋਂ ਬਾਅਦ ਅਗਲੀ ਰੈਲੀ ਜਿਹੜੀ ਕਿ GT ਬੈਲਟ ਦੇ ਵਿੱਚ ਪਿਪਲੀ ਦੇ ਵਿੱਚ 22 ਸਤੰਬਰ ਨੂੰ ਹੋਊਗੀ। ਇਹ ਸਾਰੇ ਪ੍ਰੋਗਰਾਮ ਮੋਰਚੇ ਦੇ ਨੇ ਅਤੇ ਕੱਲ੍ਹ ਇੱਕ ਪਿਊਸ਼ ਗੋਇਲ ਦਾ ਬਿਆਨ ਆਉਂਦਾ ਹੈ TV ਦੇ ਉੱਪਰ, ਉਹ ਕਹਿੰਦਾ ਵੀ ਹਮ ਕਿਸਾਨੋ ਅੰਦੋਲਨਕਾਰੀ ਕਿਸਾਨੋ ਕੋ ਨਿਮੰਤਰਣ ਦਿੱਤੇ ਹੈ ਵੀ ਹਮਾਰੇ ਸੇ ਬਾਤ ਕਰੇ, ਉਹ ਟੈਲੀਵਿਜ਼ਨ ਕੇ ਮਾਧਿਅਮ ਨਾਲ ਬੋਲਦਾ ਹੈ। ਸਾਥੀਓ, ਪਹਿਲੇ ਵੀ ਪ੍ਰਧਾਨ ਮੰਤਰੀ 378 ਦਿਨ ਜਦੋਂ ਮੋਰਚਾ ਲੱਗਿਆ ਸੀ, ਉਹ ਕਹਿੰਦੇ ਸੀ ਵੀ ਮੈਂ ਇੱਕ ਕਾਲ ਦੂਰ ਆ, ਉਹ ਇੱਕ ਕਾਲ 5-7 ਮਹੀਨੇ ਨਹੀਂ ਆਈ। ਅੱਜ ਉਹ ਗੱਲ ਸਾਡੇ ਪਿਊਸ਼ ਗੋਇਲ ਜੀ ਕ੍ਰਿਸ਼ੀ ਮੰਤਰੀ ਆਪਣੇ ਮੰਤਰੀ ਕਰ ਰਹੇ ਨੇ ਅਤੇ ਉਸ ਪਿਊਸ਼ ਗੋਇਲ
ਨੂੰ ਅਸੀਂ ਕਹਿਣਾ ਚਾਹੁੰਦੇ ਹਾਂ, ਜਿਵੇਂ ਤੁਸੀਂ ਚਾਰ ਦੌੜ ਦੀ ਵਾਰਤਾ ਪਹਿਲਾਂ ਕੀਤੀ, 8 ਤਰੀਕ, 8 ਫਰਵਰੀ, 12 ਫਰਵਰੀ, 15 ਫਰਵਰੀ ਅਤੇ 18 ਫਰਵਰੀ ਨੂੰ, ਉਵੇਂ ਸਾਨੂੰ ਲੈਟਰ ਭੇਜੋ, ਨਿਮੰਤਰਣ ਭੇਜੋ, ਕਿਸਾਨ ਗੱਲ ਕਰਨ ਨੂੰ ਤਿਆਰ ਆ, ਅਸੀਂ ਮੰਗਾਂ ਵਾਸਤੇ ਆਪਣੀ ਗੱਲ ਕਰਨ ਨੂੰ, ਕਿਸਾਨ ਦੀ ਗੱਲ ਕਰਨ ਵਾਸਤੇ ਸੈਂਟਰ ਨੂੰ ਤਿਰਕਾਰ ਹਾਂ। ਐਗਰੀਕਲਚਰ ਮਹਿਕਮਾ ਔਰ ਦੂਸਰੇ ਕਰਮਚਾਰੀ ਜਾ ਬੈਠਤੇ ਹੈ ਉਨਕੀ ਨਾਕ ਕੇ ਨੀਚੇ ਕਿਤਨਾ ਬੜਾ ਘਪਲਾ ਜੋ ਹੈ ਜਿਨ ਸਰਫੇਰ ਇਹਨੇ ਨਾ ਕਰਿਆ ਕਰੋ ਤੁਸੀਂ, ਅਸੀਂ ਹਮੇਸ਼ਾ ਸਨਮਾਨ ਕਰਦੇ ਹਾਂ ਤੁਹਾਡਾ, ਜਿਹੜੇ ਅਧਿਕਾਰੀ ਅਸੀਂ ਕਦੀ ਕਿਸੇ ਦੇ ਖਿਲਾਫ ਨਹੀਂ ਬੋਲਦੇ, ਕੁਝ ਕਰਦੇ, ਲੇਕਿਨ ਅਸੀਂ ਆਪਣੀ ਗੱਲ ਰੱਖ ਅਬ ਜੈਸੇ ਵੀ ਆਕੇ ਕਾਰਵਾਈ ਹੋਗੀ ਆਪ ਨੂੰ ਬੁਲਾ ਲਈ ਫੋਨ ਕਰਕੇ ਮੈਂ ਨਹੀਂ ਕਰੂੰਗੀ ਸਿੱਕੇ ਮੰਗਦੇ ਇੱਕ ਤੋਂ ਜੈਸੇ ਵੀ ਆਪ ਜੋ ਵੀ ਆਕੇ ਕਾਰਵਾਈ ਕਰੇਗੇ ਨਾ ਉਸਮੇ ਆਪ ਕੋਈ ਔਰ ਨਹੀਂ ਕਰਦੇ, ਆਪ ਕੋ ਟਾਈਮ ਹੋ ਤੋ ਆਪ ਕੋ ਟਾਈਮ ਨਹੀਂ ਕਰਦੇ ਕਿਸੇ ਨਾਲ ਹਮ ਹਮਾਰੇ ਕੋ ਆਪ ਕੇ ਉੱਪਰ ਵਿਸ਼ਵਾਸ ਹੈ ਆਪ ਕਾਰਵਾਈ ਕੀਜੀਏ ਹਮ ਨਹੀਂ ਕਹਤੇ ਕਿਆ ਕਰੂੰ ਹਮ ਤੋ ਆਪ ਕੋ ਉੱਪਰ ਪੂਰਾ ਵਿਸ਼ਵਾਸ ਹੈ ਨਾ ਤੋ ਆਪਣੀ ਕਾਰਵਾਈ 100% ਹੋ ਲੇਕਿਨ ਠੀਕ ਹੈ ਥੋੜੀ ਸੀ ਸਮਾਂ ਸੀ ਕਰਵਾ ਦੇਣਗੇ ਪ੍ਰਧਾਨ ਜੀ ਹਮਾਰਾ ਬੱਚਾ ਕੁਛ ਕੋ ਨੁਕਸਾਨ ਪਹੁੰਚਾ ਦੇ ਤੋ ਹਮਾਰਾ ਨੁਕਸਾਨ ਆਪਕਾ ਨੁਕਸਾਨ ਨਾ ਇੱਕ ਬੰਦਾ ਤੋ ਗੰਦਾ ਉਸਕਾ ਗੰਦਾ ਤੋ ਨਹੀਂ ਹੋ ਜਾਏਗਾ ਆਪ ਹਮ ਉਸਕੋ ਹਾਈਲਾਈਟ ਨਹੀਂ ਕੀਤਾ ਇੱਕ ਵਾਰ ਨਾਮ ਹੀ ਲਿਆ ਉਸ ਬੰਦੇ ਕਾ ਬਤਾਓ ਮਹੀਨੇ ਹੋ ਗਏ ਅਭੀ ਤੱਕ ਕੰਮ ਨਹੀਂ ਕੀਤਾ ਅਗਰ ਉਹ ਕਾਰਵਾਈ ਕਰਤੇ ਹੈ ਕਾਰਵਾਈ ਕਰਨੇ ਕੇ ਹਮਨੇ ਤੋ ਕਾਰਵਾਈ ਕਰਵਾਨੀ ਹੈ 405 ਨੰਬਰ FIR ਕੱਟੀ ਹੋਈ ਹੈ ਉਸ FIR ਪਰ ਉਸ ਪਰ ਗ੍ਰਿਫਤਾਰੀ ਹੋਤੀ ਹੈ ਇਸ ਪਰ ਕਾਰਵਾਈ ਹੋਤੀ ਹੈ ਤਾਂ ਹਮ ਸੰਤੁਸ਼ਟ ਹੈ ਨਹੀਂ ਹੋਗੀ ਤੋ ਹਮਾਰੇ ਜੰਡੇ ਡੰਡੇ ਦਰੀਆਂ ਤਿਆਰ ਹੈ ਹਮਾਰੇ ਸਾਥੀ ਤਿਆਰ ਹੈ ਕਿਉਂਕਿ ਇੱਕ ਤਰਫ ਤੋ ਹਮ ਇੱਕ ਛੋਟਾ ਸਾ ਸਾਥੀ ਹੈ ਉਸਕੋ ਗ੍ਰਿਫਤਾਰ ਕਰਵਾਨੇ ਕੇ ਲਈ ਉਸਕਾ ਕਾਰਵਾਈ ਕਰਵਾਨੇ ਕੇ ਲਈ ਘੁੰਮ ਰਹੇ ਹੈ ਦੂਸਰੀ ਤਰਫ ਜਿਨ੍ਹਾਂ ਨੇ ਹਮਾਰੇ ਪਰ ਗੋਲੀਆਂ ਚਲਾਈ ਉਨਕੋ ਸਨਮਾਨਿਤ ਕਰਨੇ ਕੀ ਸਿਫਾਰਿਸ਼ ਕੀ ਜਾ ਰਹੀ ਹੈ ਯੇ ਬਾਤ ਦੇਖੀਏ ਉਨਕੀ ਸੰਤੁਸ਼ਟੀ ਤੋ ਹਮ ਸਦਾ ਹੀ ਸੰਤੁਸ਼ਟ ਹੈ ਲੇਕਿਨ ਆਜ ਇੱਕ ਹਾਦਸਾ ਹੈ ਜੋ ਉਸਕੋ ਦੇਖਤੇ ਹੋਏ ਹਮ ਉਸਕੋ ਸਮਾਂ ਦੇਣੇ ਕੇ ਲਈ ਜੋ ਹੈ ਦੇਣਾ ਚਾਹੀਏ ਦੇਣਾ ਪੜਾ ਵੀ ਕਿਉਂਕਿ ਸਿਚੁਏਸ਼ਨ ਐਸੀ ਹੈ ਇਸ ਲਈ ਉਹ ਸਮਾਂ ਦੇਣਾ ਵੀ ਦੇਖਤੇ ਹੈ ਅਬ ਵਹਾਂ ਕੈਸਾ ਮਾਹੌਲ ਬਣਤਾ ਹੈ ਉਹ ਡੇਰੇ ਕਾ ਜੋ ਮਸਲਾ ਹੈ ਉਸਕੇ ਬਾਅਦ ਹਮ ਫਿਰ ਮੈਡਮ ਨੇ ਕਹਾ ਹੈ ਆਪਕੋ ਬੁਲਾਏਂਗੇ ਜਾਂ ਇਤਲਾਅ ਕਰੇਂਗੇ ਕੈਸੇ ਕਰਤੇ ਦੇਖਤੇ